ਨਾਮ ਬੇੜੀ ਸੰਤ ਮਲਾਹ ਪਾਰ ਕਰਦੇ ਖਾ ਮਖਾ ਸੰਗਤ ਕਰੀਏ ਸਾਧ ਕੀ ਬੰਦਿਓ ਕਰੇ ਖੁਦਾ ਜੇਕਰ ਸਾਧੂ ਤੁੱਠ ਪੈਣ ਤੇਰਾ ਰੱਬ ਨਾਲ ਦੇਣ ਮੇਲ ਕਰਾ। ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦਾ ਬਚਨ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂਆਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਮਹਾਂਪੁਰਸ਼ਾਂ ਦੀ ਕਿਹੜਿਆਂ ਦੀ ਜਿਹੜੇ ਗੁਰੂ ਨਾਲ ਜੋੜਦੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਪ੍ਰਤੱਖ ਵੇਖਿਆ ਧੰਨ ਧੰਨ ਬਾਬਾ ਖੇਮ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਗੁਰੂ ਨਾਲੋਂ ਟੁੱਟਿਆ ਹੋਇਆ ਕੋਈ ਵੀ ਆ ਗਿਆ ਜਾਂ ਉਹਦੀ ਝੋਲੀ ਵਿੱਚ ਮਾਲਾ ਪਾ ਕੇ ਤੋਰਿਆ ਜਾਂ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਪਾ ਕੇ ਤੋਰਿਆ ਤੇ ਜਾਂ ਸ੍ਰੀ ਸੁਖਮਣੀ ਸਾਹਿਬ ਦਾ ਗੁਟਕਾ ਉਹਦੀ ਝੋਲੀ ਵਿੱਚ ਪਾ ਕੇ ਤੋਰਿਆ। ਜਿਨ੍ਹਾਂ ਨੇ ਗੁਰੂ ਪਿਆਰੀ ਸਾਧ ਸਿੰਘ ਜੀ ਕਦੇ ਇੱਕ ਵੀ ਪਾਠ ਜਪਜੀ ਸਾਹਿਬ ਦਾ ਨਹੀਂ ਸੀ ਕੀਤਾ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੂੰ ਗੁਟਕੇ ਦੀ ਬਖਸ਼ਿਸ਼ ਕਰ ਦਿੱਤੀ ਇਹੋ ਜੀ ਨਾਲ ਕਿਰਪਾ ਵੀ ਕਰਕੇ ਤੋਰਿਆ ਦਸ ਦਸ ਪਾਠ ਉਹ ਜਪਜੀ ਸਾਹਿਬ ਦੇ ਕਰਨ ਲੱਗ ਗਏ। ਤੇ ਗੁਰੂ ਪਿਆਰੀ ਸਾਧ ਸਿੰਘ ਜੀ ਇੰਨਾ ਨਾਮ ਜਪਾਇਆ ਦੁਨੀਆ ਨੂੰ ਕਿਉਂਕਿ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਮਾਨ ਲਿਹੋ ਮਨ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ। ਜਿਹੜੀ ਵਸਤੂ ਨੂੰ ਲੈਣ ਤੂੰ ਦੁਨੀਆ ਤੇ ਆਇਆ ਏ ਜਿਸ ਵਪਾਰ ਨੂੰ ਕਰਨ ਵਾਸਤੇ ਆਇਆ ਏ ਉਹ ਸੌਦਾ ਸਾਧੂਆਂ ਦੇ ਪਾਸ ਪਰ ਪਿਆਰਿਓ ਉਹ ਵਿਰਲੇ ਸਾਧੂ ਜਿਹੜੇ ਨਾਮ ਨਾਲ ਜੋੜਦੇ ਨੇ ਨਹੀਂ ਤੇ ਸਾਡੇ ਵਰਗੇ 90% ਤੇ ਜੇਬਾਂ ਹੀ ਫਰੋਲਦੇ ਨੇ। ਪਰ ਧੰਨ ਧੰਨ ਬਾਬਾ ਖੇਮ ਸਿੰਘ ਜੀ ਜਿਹੜਾ ਪ੍ਰਾਣੀ ਵੀ ਆਇਆ ਦੁਨਿਆਵੀ ਦਾਤਾਂ ਵੀ ਝੋਲੀ ਭਰ ਕੇ ਤੋਰਿਆ ਦੁਨਿਆਵੀ ਦਾਤਾਂ ਤੋਂ ਵੀ ਨਹੀਂ ਭੁੱਖ ਰਹਿਣ ਦਿੱਤੀ ਜਿਹੜਾ ਇੱਥੇ ਆ ਗਿਆ। ਇਹ ਨਹੀਂ ਵੀ ਗੁਰੂ ਦਾ ਸਿੱਖ ਹੋਵੇ ਤੇ ਮੰਗਤਾ ਬਣ ਕੇ ਤੁਰਿਆ ਫਿਰੇ ਦੁਨਿਆਵੀ ਦਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜਿਹੜਾ ਜਿਹਨੇ ਇੱਥੇ ਆ ਕੇ ਭਾਵਨਾ ਬਣਾ ਕੇ ਸੇਵਾ ਕੀਤੀ ਨਾਲ ਹੀ ਨਾਮ ਦੀ ਬਖਸ਼ਿਸ਼ ਕਰ ਦਿੱਤੀ ਤੇ ਨਾਲ ਦੁਨਿਆਵੀ ਦਾਤਾਂ ਵੀ ਝੋਲੀਆਂ ਭਰ ਕੇ ਤੋਰਿਆ। ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਸ਼ਾਂ ਨੇ ਕਈ ਥਾਵਾਂ ਤੇ ਗੁਟਕੇ ਮਾਲਾ ਵੰਡੇ ਜਿਨ੍ਹਾਂ ਨੇ ਕਦੇ ਇੱਕ ਮਾਲਾ ਨਹੀਂ ਫੇਰੀ ਸੀ ਕਦੇ ਇੱਕ ਪਾਠ ਜਪਜੀ ਸਾਹਿਬ ਦਾ ਨਹੀਂ ਸੀ ਕੀਤਾ ਉਹ ਬਾਬਾ ਜੀ ਦੀ ਮਗਰੋਂ ਐਡੀ ਵੱਡੀ ਬਖਸ਼ਿਸ਼ ਉਹਨਾਂ ਨੇ ਗੁਰੂ ਪਿਆਰੀ ਸਾਧ ਸਿੰਘ ਜੀ 25-25 ਪਾਠ ਜਪਜੀ ਸਾਹਿਬ ਦੇ ਕਰਨੇ।
ਜਿਨ੍ਹਾਂ ਨੇ ਅੱਗੋਂ ਇਹ ਬਚਨ ਕਰਦੇ ਸੀ, ਕਹਿੰਦੇ ਬਾਬਾ ਜੀ ਅਸੀਂ ਤੇ ਕਦੇ ਪਾਠ ਕੀਤਾ ਹੀ ਨਹੀਂ, ਸਾਡੇ ਤੋਂ ਪਾਠ ਨਹੀਂ ਹੋਣੇ, ਆ ਭਾਰ ਨਾ ਚੜਾਓ। ਤੇ ਜਦੋਂ ਬਖਸ਼ਿਸ਼ ਬਾਬਾ ਜੀ ਨੇ ਬਚਨ ਕਰਨਾ ਪਾਈ ਹੈ, ਜਿਹੜੀ ਥਾਂ ਤੋਂ ਆਏ ਨੇ ਉੱਥੋਂ ਬਖਸ਼ਿਸ਼ ਵੀ ਨਾਲ ਆਈ ਹੈ। ਇਸ ਜਗ੍ਹਾ ਜਿਹੜੀ ਜਗ੍ਹਾ ਤੋਂ ਇਹ ਮਹਾਂਪੁਰਸ਼ਾਂ ਨੇ ਗੁਟਕੇ ਸਾਹਿਬ ਤੇ ਮਾਲਾ ਭੇਜੀਆਂ ਨੇ, ਉਹਨਾਂ ਨੇ ਬਖਸ਼ਿਸ਼ ਵੀ ਨਾਲ ਕਰਕੇ ਭੇਜੀ। ਲੁਧਿਆਣੇ ਦੇ ਨੇੜੇ ਇੱਕ ਮਹਾਂਪੁਰਸ਼ ਆਏ ਕਿਸੇ ਖੂਹ ਤੇ, ਮਹਾਂਪੁਰਸ਼ਾਂ ਨੂੰ ਪਿਆਸ ਬੜੀ ਲੱਗੀ ਸੀ ਤੇ ਗੁਰਮੁਖ ਪਿਆਰਾ ਗੁਰੂ ਪਿਆਰੀ ਸਾਧ ਸੰਗਤ ਜੀ ਪਾਣੀ ਖੂਹ ਦੇ ਵਿੱਚੋਂ ਬਲਦ ਹਿੱਕ ਰਿਹਾ ਸੀ, ਪਾਣੀ ਕੱਢ ਰਿਹਾ ਸੀ। ਮਹਾਂਪੁਰਸ਼ਾਂ ਨੇ ਬਚਨ ਕੀਤਾ, ਗੁਰਮੁਖਾ ਸਾਨੂੰ ਪਿਆਸ ਲੱਗੀ। ਉਸ ਗੁਰਮੁਖ ਪਿਆਰੇ ਜ਼ਿਮੀਦਾਰ ਜੱਟ ਸਿੱਖ ਨੇ ਸੋਚਿਆ, ਕਹਿੰਦਾ ਮਹਾਂਪੁਰਸ਼ ਆਏ ਨੇ ਮੇਰੇ ਖੂਹ ਤੇ ਜਲ ਮੰਗ ਰਹੇ ਨੇ, ਮੇਰੇ ਕੋਲ ਕੋਈ ਵਧੀਆ ਚੀਜ਼ ਨਹੀਂ ਵੀ ਜਿਹੜੀ ਇਸ ਵੇਲੇ ਇਹਨਾਂ ਨੂੰ ਛਕਾਵਾਂ। ਉਹ ਖੂਹ ਦੀ ਟਿੰਡ ਖੋਲੀ, ਕੁਝ ਜਲ ਪਾ ਲਿਆ, ਮੱਝ ਦੇ ਥੱਲੇ ਲੈ ਗਿਆ, ਧਾਰਾਂ ਮਾਰ ਕੇ ਕੱਚੀ ਲੱਸੀ ਬਣਾ ਕੇ ਤੇ ਮਹਾਂਪੁਰਸ਼ਾਂ ਨੂੰ ਛਕਾ ਦਿੱਤੀ। ਮਹਾਂਪੁਰਸ਼ ਤ੍ਰਿਪਤ ਹੋ ਗਏ, ਤ੍ਰਿਪਤ ਹੋਏ ਤੇ ਕਹਿਣ ਲੱਗੇ, ਭਾਈ ਗੁਰਮੁਖਾ ਤੈਨੂੰ ਪਤਾ ਸੀ ਵੀ ਸਾਨੂੰ ਪਿਆਸ ਵੀ ਲੱਗੀ ਹੈ ਤੇ ਨਾਲ ਭੁੱਖ ਵੀ ਬੜੀ ਲੱਗੀ ਹੈ। ਕਹਿਣ ਲੱਗਾ, ਬਾਬਾ ਜੀ ਮਹਾਂਪੁਰਸ਼ੋ, ਮੈਨੂੰ ਇਹ ਤੇ ਨਹੀਂ ਸੀ ਪਤਾ ਵੀ ਤੁਹਾਨੂੰ ਭੁੱਖ ਵੀ ਬੜੀ ਲੱਗੀ ਹੈ, ਪਰ ਬਾਬਾ ਜੀ ਮਹਾਂਪੁਰਸ਼ੋ, ਮੈਂ ਮਨ ਵਿੱਚ ਇਹ ਵਿਚਾਰ ਕੀਤੀ ਮੇਰੇ ਖੂਹ ਤੇ ਮਹਾਂਪੁਰਸ਼ ਆਏ ਨੇ ਤੇ ਮੇਰੇ ਕੋਲ ਸਭ ਤੋਂ ਵਧੀਆ ਚੀਜ਼ ਇਸ ਵੇਲੇ ਕਿਹੜੀ ਸੀ? ਬਾਬਾ ਜੀ ਮੈਂ ਸੋਚਿਆ ਮੇਰੇ ਕੋਲ ਸਭ ਤੋਂ ਵਧੀਆ ਚੀਜ਼ ਇਸ ਵੇਲੇ ਦੁੱਧ ਹੀ ਏ, ਜਿਹੜਾ ਮੈਂ ਕੱਚੀ ਲੱਸੀ ਬਣਾ ਕੇ ਮਹਾਂਪੁਰਸ਼ਾਂ ਨੂੰ ਛਕਾ ਦਿਆਂ। ਮਹਾਂਪੁਰਸ਼ ਬੜੇ ਪ੍ਰਸੰਨ ਹੋਏ, ਜਦੋਂ ਪ੍ਰਸੰਨ ਹੋਏ ਕੋਲ ਬੁਲਾ ਲਿਆ, ਕਹਿੰਦੇ ਗੁਰਮੁਖਾ ਇੱਧਰ ਆ। ਬਚਨ ਕੀਤਾ, ਕਹਿੰਦੇ ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਪੰਜ ਵਾਰਾਂ ਵਾਹਿਗੁਰੂ ਗੁਰਮੰਤਰ ਦਰੜਾ ਦਿੱਤਾ, ਸਿਰ ਤੇ ਹੱਥ ਰੱਖਿਆ, ਪੰਜ ਵਾਰਾਂ ਵਾਹਿਗੁਰੂ ਗੁਰਮੰਤਰ ਦਰੜਾ ਦਿੱਤਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹੋ ਜੀ ਸੁਰਤੀ ਟਿਕੀ, ਨਾਲ ਹੀ ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ ਵੀ ਜਿਹੜੀ ਤੇਰੇ ਕੋਲੇ ਸਭ ਤੋਂ ਵਧੀਆ ਚੀਜ਼ ਸੀ ਤੂੰ ਸਾਨੂੰ ਛਕਾ ਦਿੱਤੀ, ਤੇ ਜਿਹੜੀ ਸਾਡੇ ਕੋਲੇ ਸਭ ਤੋਂ ਵਧੀਆ ਚੀਜ਼ ਸੀ ਉਹ ਤੈਨੂੰ ਦੇ ਚੱਲੇ ਆ। ਇਹੋ ਜੀ ਕਿਰਪਾ ਹੋਈ, ਤਿੰਨ ਦਿਨ ਤੇ ਤਿੰਨ ਰਾਤਾਂ ਸੁਰਤੀ ਨਾ ਖੁੱਲੀ, ਨਾਮ ਦੇ ਵਿੱਚ ਹੀ ਰੰਗਿਆ ਗਿਆ, ਤੇ ਜਦੋਂ ਸੁਰਤੀ ਖੁੱਲੀ ਤੇ ਜਿਹੜੀ ਗੱਲ ਮੂੰਹ ਦੇ ਵਿੱਚੋਂ ਕਰਦਾ ਉਹ ਪੂਰੀ ਹੋਣੀ ਸ਼ੁਰੂ ਹੋ ਗਈ। ਪਿਆਰਿਓ ਮਹਾਂਪੁਰਸ਼ ਨਾਮ ਜਪਾਉਂਦੇ ਨੇ, ਮਹਾਂਪੁਰਸ਼ ਉਸੇ ਤਰ੍ਹਾਂ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਤਿਕਾਰਯੋਗ ਮਹਾਂਪੁਰਸ਼ ਬਾਬਾ ਖੇਮ ਸਿੰਘ ਜੀ ਜਿਹਨੂੰ ਵੀ ਬਖਸ਼ਿਸ਼ ਕਰਕੇ ਮਾਲਾ ਦੇ ਦਿੱਤੀ, ਗੁਟਕਾ ਸਾਹਿਬ ਦੇ ਦਿੱਤਾ, ਸੁਖਮਣੀ ਦੇ ਦਿੱਤੀ, ਉਹ ਪਿਆਰਿਓ ਉਹ ਗੁਰੂ ਦੀ ਬਾਣੀ ਤੇ ਨਾਮ ਦੇ ਨਾਲ ਜੁੜ ਗਿਆ। ਅੱਜ ਜਿੱਧਰੋਂ ਵੀ ਸੰਗਤ ਆਉਂਦੀ ਹੈ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਇਹ ਪੁੱਛੋ ਦੀ ਸੰਗਤ ਹੈ, ਜਿੱਥੇ ਜਾਓ ਹੱਥ ਵਿੱਚ ਮਾਲਾ ਹੁੰਦੀਆਂ ਨੇ, ਉੱਥੇ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਇਹ ਸੰਗਤ ਕਿੱਥੋਂ ਦੀ ਏ, ਇਹ ਮਾਲਾ ਕੀ ਦੀਆਂ ਨੇ। ਉੱਥੇ ਪਿਆਰਿਓ
ਆਪਣੇ ਆਪ ਹੀ ਪਤਾ ਲੱਗ ਜਾਂਦਾ ਏ ਇਹ ਸੰਗਤ ਭੁੱਚੋ ਦੀ। ਅੱਜ ਇਹਨਾਂ ਦੇ ਹੱਥ ਵਿੱਚ ਭੁੱਚੋ ਵਾਲੀਆਂ ਮਾਲਾ ਤੇ ਪਰ ਪਿਆਰਿਓ ਬਾਬਾ ਜੀ ਨੇ ਸਾਰੇ ਆਲ ਇੰਡੀਆ ਦੇ ਵਿੱਚ ਇਹੋ ਜੀ ਇੰਨੇ ਮਾਲਾ ਤੇ ਗੁਟਕੇ ਕਿਸੇ ਮਹਾਂਪੁਰਸ਼ ਨੇ ਅੱਜ ਤੱਕ ਇਹ ਇੰਨੀ ਵੱਡੀ ਸੇਵਾ ਨਹੀਂ ਕੀਤੀ। ਪਿਆਰਿਓ ਦੁਨੀਆਂ ਨੂੰ ਤਾਰਨ ਵਾਸਤੇ ਆਏ ਸੀ, ਤਾਰਨ ਵਾਸਤੇ ਥੰਮ ਹੁੰਦੇ ਨੇ ਮਹਾਂਪੁਰਸ਼ ਦੁਨੀਆਂ ਦੇ ਥੰਮ। ਜੇ ਪਿਆਰਿਓ ਮਹਾਂਪੁਰਸ਼ ਜਿਹੜੇ ਦੁਨੀਆਂ ਦੇ ਥੰਮ ਜੇ ਆ ਨਾਮ ਨਾਮ ਜਪਾਉਣ ਤੇ ਪਿਆਰਿਓ ਆ ਸੰਸਾਰ ਤੇ ਹੁਣੂ ਸੜ ਵਰਦਾ। ਇਹ ਮਹਾਂਪੁਰਸ਼ਾਂ ਦੀ ਕਮਾਈ ਆ ਬਾਬਾ ਜੀ ਗੁਰਮੁਖ ਪਿਆਰੇ ਸੁਣਾ ਰਹੇ ਸੀ। ਕਹਿੰਦੇ ਜਿਹੜੇ ਭੁੱਚੋ ਦੇ ਵਿੱਚ ਭੋਗ ਲੱਗਦਾ ਹੈ ਇਹ 84 ਲੱਖ ਜੋਨਾਂ ਨੂੰ ਇੱਥੋਂ ਦਾ ਲੰਗਰ ਪ੍ਰਾਪਤ ਹੁੰਦਾ ਹੈ। ਜਿਹੜਾ ਭੁੱਚੋ ਦੇ ਵਿੱਚ ਇੱਕ ਟਾਈਮ ਦਾ ਭੋਗ ਲੱਗਦਾ ਹੈ ਸਾਰੀ ਸ੍ਰਿਸ਼ਟੀ 84 ਲੱਖ ਜੋਨਾਂ ਛਕ ਰਹੀਆਂ ਨੇ। ਪਿਆਰਿਓ ਇਹ ਕਮਾਈਆਂ ਮਹਾਂਪੁਰਸ਼ਾਂ ਦੀਆਂ ਤੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦਾ ਬਚਨ ਗੁਰੂਆਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਮਹਾਂਪੁਰਸ਼ਾਂ ਦੀ ਪੂਰਿਆਂ ਦੀ ਜਿਹੜੇ ਗੁਰੂ ਦੇ ਨਾਲ ਸਾਨੂੰ ਜੋੜਦੇ ਨੇ। ਪਰ ਮਿਲਦੀ ਕਿਹਨਾਂ ਨੂੰ ਏ? ਜਿਸ ਤਰ੍ਹਾਂ ਗੁਰਮੁਖ ਪਿਆਰਿਆਂ ਦੇ ਕਿੱਡੇ ਸੋਹਣੇ ਬਚਨ ਸਨ ਬਾਬਾ ਜੋਗਿੰਦਰ ਸਿੰਘ ਜੀ ਕਹਿੰਦੇ ਆਹ ਦੁਨੀਆਂ ਤੇ ਦੁਨਿਆਵੀ ਜਿਹੜੀ ਇਸ ਧਰਤੀ ਤੇ ਆਹ ਸੱਚਖੰਡ ਹੈ। ਗੁਰੂ ਪਿਆਰੀ ਸਾਧ ਸਿੰਘ ਜੀ ਵੱਡੇ ਭਾਗ ਜਿਨ੍ਹਾਂ ਨੂੰ ਇਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਮਿਲੀ ਵੱਡੇ ਭਾਗ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਕਹਿੰਦੇ ਜਿਹਦਾ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੋ ਗਿਆ ਬੜੇ ਵੱਡੇ ਭਾਗ, ਜੇ ਸੰਯੋਗ ਗੁਰਸਿੱਖਾਂ ਦੇ ਘਰ ਵਿੱਚ ਬਣ ਗਿਆ ਉਸ ਤੋਂ ਵੱਡੇ ਭਾਗ, ਜੇ ਅੰਮ੍ਰਿਤ ਦੀ ਦਾਤ ਮਿਲ ਗਈ ਤੇ ਉਸ ਤੋਂ ਵੀ ਵੱਡੇ ਭਾਗ, ਪਰ ਜੇ ਪੂਰਨ ਮਹਾਂਪੁਰਸ਼ ਦੀ ਸੰਗਤ ਮਿਲ ਗਈ ਸਭ ਤੋਂ ਵੱਡੇ ਭਾਗ, ਬਹੁਤ ਵੱਡੇ ਭਾਗ। ਗੁਰੂ ਪਿਆਰਿਓ ਬਹੁਤ ਸਾਡੇ ਵੱਡੇ ਭਾਗ। ਬਾਬਾ ਜੀ ਕਿਤੇ ਨਹੀਂ ਗਏ, ਪਿਆਰਿਓ ਕਿਤੇ ਨਹੀਂ ਗਏ, ਇਹ ਹਾਜ਼ਰ ਨਾਜ਼ਰ ਨੇ ਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਪਿਆਰਿਓ ਵੇਖਾਂਗੇ ਤੇ ਜੋ ਬਚਨ ਨੇ ਬਾਬਾ ਜੀ ਦੇ ਉਹ ਪਿਆਰਿਓ ਬੜੇ ਵੱਡ ਮੁੱਲੇ, ਉਹਨਾਂ ਬਚਨਾਂ ਦੀ ਕਮਾਈ ਕਰੀਏ ਤੇ ਮਹਾਂਪੁਰਸ਼ਾਂ ਦੀ ਬਚਨ ਮੰਨ ਕੇ ਸੰਗਤ ਕਰੀਏ ਤੇ ਅੰਮ੍ਰਿਤ ਵੇਲਾ ਉਸੇ ਤਰ੍ਹਾਂ ਆਪਾਂ ਸੰਭਾਲੀਏ, ਉਸੇ ਤਰ੍ਹਾਂ ਹੀ ਬਾਬਾ ਜੀ ਦੇ ਬਚਨ ਪੱਲੇ ਬੰਨ੍ਹ ਕੇ ਰੱਖੀਏ ਤੇ ਪਿਆਰਿਓ ਫਿਰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।